स्वागत देश विदेश बैठे सारे दर्शकों का बहुत बहुत स्वागत करते हैं प्रोग्राम गलत गीत विच मैं अमेघा जिस आज मंगलवार है मंगलवार के दिन साढ़े सारे दर्शकों को खास तौर पर इंतजार होता है जिंदगी अनमोल का ਤੁਸੀਂ ਸਾਡੇ ਫੋਨ ਨੰਬਰਸ ਨੋਟ ਕਰ ਲਓ ਜਿਸ ਜਿਨ੍ਹਾਂ ਨੰਬਰਸ ਤੇ ਤੁਸੀਂ ਫੋਨ ਕਾਲ ਕਰਕੇ ਸਾਡੇ ਮਹਿਮਾਨ ਨਾਲ ਅੱਜ ਦੇ ਵਿਸ਼ੇ ਤੇ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਸੋਹੀ ਨੇ ਜੀ 0168281442 ਤੇ 0168281442 ਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ ਜੀ ਜ਼ਿੰਦਗੀ ਅਨਮੋਲ ਤੇ ਅੱਜ ਮੇਰੇ ਨਾਲ ਨੇ ਪ੍ਰੋਫੈਸਰ ਲਖਵੀਰ ਸਿੰਘ ਜੀ ਸੰਸਥਾਪਕ ਸੰਸਥਾ ਪਹਿਲ ਸਾਰੇ ਅਸੀਂ ਇਹਨਾਂ ਨੂੰ ਜਾਣਦੇ ਹਾਂ ਤੁਹਾਡਾ ਸਵਾਗਤ ਕਰਦੇ ਹਾਂ ਧੰਨਵਾਦ ਮੇਗਾ ਜੀ ਤੇ ਆਪਣੇ ਮਹਿਮਾਨ ਬਾਰੇ ਵੀ ਦੱਸ ਦਈਏ ਜਿਹੜੇ ਖਾਸ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਮੇਗਾ ਜੀ ਸਾਡੇ ਕੋਲ ਇਸ ਜ਼ਿੰਦਗੀ ਅਨਮੋਲ ਦੇ ਸੈੱਟ ਤੇ ਤੁਸੀਂ ਜਾਣਦੇ ਹੋ ਔਰ ਦਰਸ਼ਕ ਵੀ ਜਾਣਦੇ ਨੇ ਕਿ ਐਸੇ ਮਹਿਮਾਨ ਹੁੰਦੇ ਨੇ ਜਿਹੜੇ ਚਮਤਕਾਰੀ ਗੱਲਾਂ ਕਰਕੇ ਦਿਖਾਉਂਦੇ ਨੇ ਤੇ ਇਸ ਤਰ੍ਹਾਂ ਦੇ ਅੱਜ ਦੇ ਸਾਡੇ ਮਹਿਮਾਨ ਨੇ ਹਰਿੰਦਰਪਾਲ ਸਿੰਘ ਜਿਨ੍ਹਾਂ ਨੂੰ ਬੁਨਿਆਦੀ ਤੌਰ ਤੇ ਕਹਿੰਦੇ ਕਿ ਸਰੀਰਕ ਭਵਨ ਹੈ ਤੇ ਇਸ ਭਵਨ ਦੇ ਵਿੱਚ ਕੋਈ ਜਦੋਂ ਚੁਣੌਤੀ ਆ ਗਈ ਨਿਰਾ ਇਹਨਾਂ ਨੇ ਉਸ ਚੁਣੌਤੀ ਨੂੰ ਸਾਰੀ ਨਹੀਂ ਕੀਤਾ ਜੀ ਸਗੋਂ ਇਹਨਾਂ ਨੇ ਐਸਾ ਕਰ ਦਿਖਾਇਆ ਕਿ ਪੰਜਾਬ ਦੀ ਭਵਨ ਨਿਰਮਾਣਕਾਰੀ ਚ ਸਫਾ ਰਹੇ ਨੇ ਜੀ ਕਿਹੜੀ ਖੂਬਸੂਰਤ ਗੱਲ ਹੈ ਕਿ ਆਪਣੇ ਭਵਨ ਨੂੰ ਦੀ ਚੁਣੌਤੀ ਨੂੰ ਸਮਝਦਾ ਹੋਇਆ ਔਰ ਪੂਰੇ ਜਿਹੜਾ ਰਾਜ ਹੈ ਰਾਜ ਦੀ ਭਵਨ ਨਿਰਮਾਣ ਵਿਭਾਗ ਜਿਹੜਾ ਹੈ ਉਸ ਦੇ ਵਿੱਚ ਨੌਕਰੀ ਜਾਪਤਾ ਨੇ ਹਰਿੰਦਰਪਾਲ ਜੀ ਜ਼ਿੰਦਗੀ ਅਨਮੋਲ ਦੇ ਸੈੱਟ ਤੇ ਤੁਹਾਡਾ ਹਾਰਦਿਕ ਇੱਕ ਵਾਰ ਫਿਰ ਸਵਾਗਤ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ ਤੁਹਾਡੀਆਂ ਉਹਨਾਂ ਚੁਣੌਤੀਆਂ ਭਰੇ ਜੀਵਨ ਦੇ ਸੰਘਰਸ਼ ਦੀ ਦਾਸਤਾਨ ਜਿਨ੍ਹਾਂ 'ਚੋਂ ਤੁਸੀਂ ਬਹੁਤ ਹੀ ਮਹਾਨ ਬਣ ਕੇ ਔਰ ਨਾਇਕ ਬਣ ਕੇ ਉਭਰੇ ਹੋ ਅੱਜ ਜਿਹੜਾ ਕ੍ਰਿਸਮਸ ਦੀ ਪੂਰਵ ਸੰਧਿਆ ਹੈ ਔਰ ਦੇਸ਼ ਵਿਦੇਸ਼ ਵਿੱਚ ਦੁਨੀਆ ਭਰ 'ਚ ਬੈਠੇ ਪੰਜਾਬੀ ਡੀਡੀ ਪੰਜਾਬੀ ਦੇ ਦਰਸ਼ਕਾਂ ਨੂੰ ਔਰ ਸਮੁੱਚੇ ਜਿਹੜੇ ਇਨਸਾਨੀਅਤ ਔਰ ਇਸ ਦੇ ਉੱਤੇ ਜਿੰਨੀ ਵੀ ਕਾਇਨਾਤ ਹੈ ਅਸੀਂ ਸਭ ਦਾ ਜਿਹੜਾ ਇਸ ਸੈੱਟ ਤੋਂ ਭਲਾ ਮੰਗਦੇ ਹੋਏ ਇਸ ਦਿਨ ਦੀ ਖੁਸ਼ਾਮਦੀਦ ਕਹਿੰਦੇ ਹਾਂ ਔਰ ਇਸ ਤਰ੍ਹਾਂ ਦਾ ਮੌਕਾ ਬਣਿਆ ਹੈ ਕਿ ਸਾਰੇ ਧਰਮ ਸਾਰੇ ਮਜ਼ਹਬ ਇੱਕ ਹੀ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਜੋਤ ਤੇ ਸਭ ਜਗ ਉਪਜਿਆ ਕੌਣ ਭਲੇ ਕੌ ਮੰਦੇ ਤੇ ਅਸੀਂ ਵੀ ਸਾਰੇ ਦਰਸ਼ਕਾਂ ਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਪ੍ਰਭੂ ਵਾਹਿਗੁਰੂ ਅੱਲਾ ਤਾਲਾ ਐਸੀ ਮਿਹਰ ਕਰੇ ਕਿ ਕਿਸੇ ਤਰ੍ਹਾਂ ਦੀ ਕੋਈ ਆਫਤ ਨਾ ਆਵੇ ਔਰ ਸਾਰਿਆਂ ਦੇ ਮਨ ਵਿੱਚ ਜ਼ਿੰਦਗੀ ਅਨਮੋਲ ਦਾ ਸੰਦੇਸ਼ ਇੰਨਾ ਗਹਿਰਾ ਵਸ ਜਾਵੇ ਕਿ ਅਸੀਂ ਕਦੀ ਵੀ ਚਾਹੇ ਉਹ ਭਰੂਣ ਹੱਤਿਆ ਹੈ ਜਾਂ ਬਾਕੀ ਬੁਰਾਈਆਂ ਨੇ ਜਾਂ ਬਿਮਾਰੀਆਂ ਨੇ ਅਸੀਂ ਉਹਨਾਂ ਸਾਰੀਆਂ ਤੋਂ ਬਚੀਏ ਔਰ ਬਚਣ ਲਈ ਸਾਰੇ ਜਾਣੇ ਉਪਰਾਲੇ ਕਰੀਏ ਇਹੀ ਹੈ ਮੈਰੀ ਕ੍ਰਿਸਮਸ ਬਿਲਕੁਲ ਠੀਕ ਗੱਲ ਹੈ ਤੇ ਆਉਣ ਵਾਲੇ ਸਾਲ ਦੀ ਵੀ ਇਹੀ ਸ਼ੁਭਕਾਮਨਾਵਾਂ ਨੇ ਕਿ ਵਾਕਈ ਅਸੀਂ ਸਮਝੀਏ ਕਿ ਸਾਡੀ ਜ਼ਿੰਦਗੀ ਅਨਮੋਲ ਹੈ ਤੇ ਇਸ ਗੱਲ ਨੂੰ ਸਮਝਦੇ ਹੋਏ ਆਉਣ ਵਾਲੇ ਸਾਲ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਈਏ ਬਹੁਤ ਬਹੁਤ ਤੇ ਆਪਣੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹਰਿੰਦਰਪਾਲ ਜੀ ਜਿਹੜਾ ਬਚਪਨ ਸੀ ਜਦੋਂ ਇੱਕ ਪਹਿਲੀ ਗੱਲ ਤਾਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਕੋਲ ਇੱਕ ਚੁਣੌਤੀ ਹੈ ਔਰ ਕਿਸ ਤਰ੍ਹਾਂ ਪਤਾ ਲੱਗਾ ਹੈ ਪਹਿਲਾਂ ਤਾਂ ਮੈਂ ਜਲੰਧਰ ਦੂਰਦਰਸ਼ਨ ਦਾ ਉਹ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਐਡੀ ਵੱਡੀ ਤੁਸੀਂ ਮੌਕਾ ਦਿੱਤਾ ਇੱਥੇ ਆ ਕੇ ਆਪਣੀ ਗੱਲ ਕਹਿਣ ਦਾ ਐਕਚੁਅਲੀ ਬਚਪਨ ਦੇ ਵਿੱਚ ਮੈਂ 2 ਸਾਲ ਦਾ ਸੀ ਜੀ ਉਸ ਬਾਅਦ ਮੇਰਾ ਜਦੋਂ ਚੱਲਦਾ ਸੀ ਤਾਂ ਮੈਂ ਡਿੱਗ ਪੈਂਦਾ ਸੀ ਤਾਂ ਘਰਦਿਆਂ ਨੂੰ ਲੱਗਿਆ ਕਿ ਕੁਛ ਪ੍ਰੋਬਲਮ ਹੈ ਜਦੋਂ ਦਿਖਾਈ ਗਈ ਤਾਂ ਪਤਾ ਲੱਗਿਆ ਕਿ ਪੋਲੀਓ ਕੇਸ ਨਿਕਲਿਆ ਇਸ ਕਰਕੇ ਉਹ ਮੈਂ ਉਹ ਲਗਭਗ 2 ਸਾਲ ਤੋਂ ਬਾਅਦ ਮੈਂ ਡਿਸੇਬਲ ਹੋ ਗਿਆ ਸੀ ਅਤੇ ਮਤਲਬ ਤੁਸੀਂ ਇਸ ਚੀਜ਼ ਨੂੰ ਕਦੋਂ ਸਮਝਿਆ ਕਿ ਮੇਰੇ ਸਾਹਮਣੇ ਇੱਕ ਚੁਣੌਤੀ ਹੈ ਤੇ ਫਿਰ ਜਦੋਂ ਤੁਸੀਂ ਸਮਝਿਆ ਤੇ ਕੀ ਇਹਨੂੰ ਚੁਣੌਤੀ ਸਮਝਿਆ ਪੜ੍ਹਾਈ ਦੇ ਦੌਰਾਨ ਜਦ 5ਵੀਂ ਤੱਕ ਤਾਂ ਕੁਛ ਪਤਾ ਨਹੀਂ ਹੁੰਦੇ ਬਚਪਨ ਸੀ ਕੁਛ ਪਤਾ ਨਹੀਂ ਲੱਗਿਆ ਲੇਕਿਨ ਜਿਸ ਵੇਲੇ ਗੌਰਮੈਂਟ ਹਾਈ ਸਕੂਲ ਮਲੋਟ ਦੇ ਵਿਖੇ ਮੈਂ 6ਵੀਂ ਦੀ ਕਲਾਸ ਸ਼ੁਰੂ ਕੀਤੀ ਤਾਂ ਮੈਨੂੰ ਇਹ ਲੱਗਿਆ ਕਿ ਜੋ ਮੈਂ ਜਿਉ ਰਿਹਾ ਔਰ ਲੋਕ ਮੇਰੇ ਤੋਂ ਬੜਾ ਡਿਫਰੈਂਟ ਜਿਉ ਰਹੇ ਨੇ ਮੈਂ ਉਸ ਤੋਂ ਹਟ ਕੇ ਜਿਉ ਰਿਹਾ ਮੈਨੂੰ ਲੱਗ ਰਿਹਾ ਕਿ ਲੋਕ ਮੈਨੂੰ ਇੱਕ ਵਿਚਾਰਾ ਸਮਝ ਕੇ ਇਗਨੋਰ ਕਰ ਰਹੇ ਨੇ ਕਿ ਇਹ ਤਾਂ ਵਿਚਾਰ ਹੈ ਇਹਨੂੰ ਹੈਲਪ ਕਰੋ ਇਹ ਉੱਥੋਂ ਤੱਕ ਲੈ ਕੇ ਜਾਓ ਫਿਰ ਮੈਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਦਿਲ ਦੇ ਵਿੱਚ ਇਹ ਚਾਹਿਆ ਕਿ ਇਹਨਾਂ ਲੋਕਾਂ ਤੋਂ ਮੈਂ ਬਹੁਤ ਉੱਪਰ ਜਾਣਾ ਚਾਹੁੰਦਾ ਇਹ ਲੋਕ ਅਗਰ 2 ਲੱਤਾਂ ਨਾਲ ਚੱਲਦੇ ਤਾਂ ਮੈਂ 4 ਨਾਲ ਚੱਲ ਕੇ ਦਿਖਾਊਂਗਾ ਤਾਂ ਕਿ ਇਹਨਾਂ ਤੋਂ ਵੀ ਵਧੀਆ ਕੰਮ ਕਰ ਸਕਾਂ ਲੋਕ ਮੇਰੀ ਮਿਸਾਲ ਦੇਣ ਕਿ ਉਹ ਬੰਦਾ ਦੇਖੋ ਵੀ ਉਹ ਡਿਸੇਬਲ ਹੁੰਦੇ ਹੋਏ ਵੀ ਅੰਗਹੀਣ ਹੁੰਦੇ ਹੋਏ ਵੀ ਨੋਰਮਲ ਲੋਕਾਂ ਦੇ ਬਰਾਬਰ ਕੰਮ ਕਰ ਰਿਹਾ ਤੇ ਤੁਸੀਂ ਵਾਕਈ ਕਰਕੇ ਦਿਖਾਇਆ ਬਿਲਕੁਲ ਕਰਕੇ ਦਿਖਾਇਆ ਜੀ ਮੈਂ ਕੁਛ ਇਹੋ ਜਿਹੇ ਕੰਮ ਕੀਤੇ ਨੇ ਜਿਹਦੇ ਵਿੱਚੋਂ ਇੱਕ ਸਾਰੇ ਵਰਲਡ ਦੇ ਵਿੱਚ ਹੈ ਕਿ ਲੋਕ ਨਾਚ ਅੰਗਹੀਣ ਲਈ ਕਰਨਾ ਇੰਪੋਸੀਬਲ ਗੱਲ ਹੈ ਕਰਨਾ ਬੜਾ ਮੁਸ਼ਕਿਲ ਹੈ ਲੇਕਿਨ ਅੱਜ ਇੰਨੀ ਕੁ ਮੇਰੇ ਕਿਤੇ ਵਾਹਿਗੁਰੂ ਦੀ ਮਿਹਰ ਹੈ ਕਿ ਪੰਜਾਬ ਦੇ ਜਿੰਨੇ ਵੀ ਲੋਕ ਨਾਚ ਨੇ ਉਹਨਾਂ 'ਚ ਮੈਂ ਮੁਹਾਰਤ ਹਾਸਲ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਅਸੀਂ ਰਹਿੰਦਿਆਂ ਹੋਇਆਂ ਕਿਉਂਕਿ ਮੈਂ ਆਰਕੀਟੈਕਚਰ ਵਿਭਾਗ ਪੰਜਾਬ ਦੇ ਵਿੱਚ ਉੱਥੇ ਕਰ ਰਿਹਾ ਤਾਂ ਉੱਥੇ ਰਹਿੰਦਿਆਂ ਹੋਇਆਂ ਅਸੀਂ ਇੱਕ ਟੀਮ ਤਿਆਰ ਕੀਤੀ ਅੰਗਹੀਣਾਂ ਦੀ
जिहड़े कि सारे दे सारे डिसेबल सी भांत भांत दे असी सी लेकिन उन्हां लोकां नूं जद असी भंगड़ा तैयार करदा सी उदों इह लगदा सी वी पता नहीं इह असी लोक कर पावांगे कि नहीं पर जदों असी पहली वारी उह टीम स्टेज ते परफॉर्म कीती तां लोकां दे अग्गे इह सीगा ਵੀ ਕਾਸ਼ ਅਸੀਂ ਵੀ ਡਿਸੇਬਲ ਹੁੰਦੇ ਅਸੀਂ ਇਹ ਕਰਦੇ ਹੁੰਦੇ ਉਲਟ ਕੰਮ ਹੋ ਗਿਆ ਰਿਮਰਪਾਲ ਜੀ ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਵਿਪਾਰ ਦੇ ਨਾਲ ਇਹ ਸਭ ਕੁਝ ਇਸ ਮੁਕਾਮ ਤੇ ਪਹੁੰਚ ਗਿਆ ਕਿ ਤੁਸੀਂ ਜ਼ਿੰਦਗੀ ਦੀ ਅਨਮੋਲਤਾ ਨੂੰ ਸਮਝ ਲਿਆ ਪਰ ਉਸ ਤੋਂ ਪਹਿਲਾਂ ਜਦੋਂ ਤੁਹਾਡਾ ਸਿੱਖਿਆ ਦਾ ਦੌਰ ਚੱਲ ਰਿਹਾ ਤੁਸੀਂ 10ਵੀਂ ਕੀਤੀ ਹਾਂਜੀ ਹਾਂਜੀ ਉਸ ਵੇਲੇ ਜਦੋਂ ਲੋਕ ਵਿਚਾਰਗੀ ਵਾਲੀ ਭਾਵਨਾ ਦੇ ਰਹੇ ਸੀ ਅਸਲ ਵਿੱਚ ਵਿਚਾਰਗੀ ਉਹਨਾਂ ਉੱਤੇ ਬਣਦੀ ਸੀ ਕਿ ਜ਼ਿੰਦਗੀ ਤਾਂ ਅਨਮੋਲ ਹੈ ਔਰ ਹਰ ਕਿਸੇ ਨੂੰ ਜ਼ਿੰਦਗੀ ਦਾ ਇੱਕੋ ਜਿਹਾ ਹੱਕ ਹੈ ਬਿਲਕੁਲ ਉਹ ਸਮਾਂ ਜਿਹੜਾ ਸੀ ਬੀਏ ਤੱਕ ਦਾ ਉਹ ਕਿਵੇਂ ਬੀਤਿਆ ਸੀ ਉਸ ਕਿਉਂਕਿ ਹੁਣ ਤਾਂ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਬਹੁਤ ਸਾਰੀਆਂ ਸਹੂਲਤਾਂ ਗਵਰਨਮੈਂਟ ਵੱਲੋਂ ਆ ਗਈਆਂ ਲੇਕਿਨ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਸਹੂਲਤ ਵੀ ਕੋਈ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਗਵਰਨਮੈਂਟ ਦੇ ਵੱਲੋਂ ਬਹੁਤ ਘੱਟ ਹੈਲਪ ਮਿਲਦੀ ਸੀ ਕਿ ਅਸੀਂ ਪੜ੍ਹ ਸਕੀਏ ਕੀ ਹੁੰਦਾ ਸੀ ਸਕੂਲ ਜਾਂਦੇ ਸੀ ਅਸੀਂ ਲੋਕੀ ਹਰ ਕੋਈ ਸਕੂਲ ਟਾਈਮ ਤੇ ਪਹੁੰਚਦਾ ਸੀ ਮੈਂ ਲੇਟ ਆਉਂਦਾ ਸੀ ਕਿਉਂਕਿ ਕਾਰਨ ਇਹ ਸੀ ਮੈਨੂੰ ਹੌਲੀ ਤੁਰਨਾ ਪੈਂਦਾ ਸੀ ਮੇਰੇ ਕੋਈ ਫੈਸਿਲਿਟੀ ਨਹੀਂ ਸੀ ਲੋਕਾਂ ਕਿਸੇ ਵੀ ਤਰ੍ਹਾਂ ਦੀ ਜਦੋਂ ਅਸੀਂ ਕੋਈ ਅਚੀਵ ਕੰਮ ਕਰਦੇ ਸੀ ਸਕੂਲ 'ਚ ਕੋਈ ਗੇਮ ਹੋਣੀ ਕੋਈ ਕਲਚਰ ਪ੍ਰੋਗਰਾਮ ਹੋਣਾ ਕੋਈ ਪੜ੍ਹਾਈ ਦਾ ਕੰਮ ਹੋਣਾ ਉਹਨਾਂ ਨੇ ਇਹ ਕਹਿਣਾ ਵੀ ਇਹ ਹੈਂਡੀਕੈਪ ਹੈ ਅੰਗਹੀਣ ਇਹਨੂੰ ਬਿਠਾ ਦਿਓ ਆਪਾਂ ਆਪ ਕੰਮ ਕਰਦੇ ਹਾਂ ਲੇਕਿਨ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹੋਏ ਉਹਨਾਂ ਤੋਂ ਅੱਗੇ ਵਧਣ ਦੇ ਲਈ ਮੈਂ ਸਾਰਾ ਜ਼ਿੰਦਗੀ ਅਨਮੋਲ ਹੈ ਔਰ ਹਰ ਕਿਸੇ ਨੂੰ ਇੱਕੋ ਜਿਹੇ ਜੀਵਨ ਦੇ ਹੱਕ ਹਕੂਕ ਮਿਲੇ ਹੋਏ ਨੇ ਔਰ ਉਸ ਦੇ ਵਿੱਚ ਜਿਹੜਾ ਸਮਾਜ ਸਧਾਰਨ ਕਰ ਪੈਰਾਂ ਵਾਲਾ ਅੰਗਾਂ ਵਾਲਾ ਹੈ ਉਸ ਨੂੰ ਬਜਾਏ ਤਰਸ ਔਰ ਰਹਿਮ ਦੇ ਉਸ ਨੂੰ ਇਹ ਸਮਝਣਾ ਚਾਹੀਦਾ ਕਿ ਸਾਨੂੰ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਅੰਗਾਂ ਨੂੰ ਉੱਥੇ ਵਰਤਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਇਹੀ ਖੂਬਸੂਰਤ ਗੱਲ ਹੈ ਔਰ ਇਹੀ ਇਸ ਦੇ ਨਾਲ ਸਭ ਦੀ ਹੀ ਜ਼ਿੰਦਗੀ ਅਨਮੋਲ ਹੋ ਜਾਏਗੀ ਬਿਲਕੁਲ ਤੇ ਤੁਹਾਡੀ ਜਿਹੜੀ ਪਹਿਲੀ ਭੰਗੜਿਆਂ ਵਾਲੀ ਸ਼ੁਰੂਆਤ ਸੀਗੀ ਜਿਹੜੀ ਸੱਭਿਆਚਾਰਕ ਨੱਚਣ ਕੁੱਦਣ ਦੀ ਔਰ ਜ਼ਿੰਦਗੀ ਦੇ ਉਛਾਲੇ ਮਾਰਨ ਵਾਲੀ ਇਹ ਸ਼ੁਰੂਆਤ ਕਿਸ ਉਮਰ ਤੋਂ ਹੋਈ ਅਸਲ ਵਿੱਚ ਮੇਰੇ ਫਾਦਰ ਸਾਹਿਬ ਬੜੇ ਅੱਛੇ ਰਾਈਟਰ ਨੇ ਰਾਈਟਰ ਸੀਗੇ ਪੋਇਮ ਲਿਖਦੇ ਸੀਗੇ ਤਾਂ ਬਚਪਨ ਦੇ ਵਿੱਚ ਮੈਂ ਉਹਨਾਂ ਤੋਂ ਪੋਇਮ ਲੈ ਕੇ ਮੈਂ ਗੁਰਦੁਆਰਾ ਸਾਹਿਬ ਵਗੈਰਾ ਜਾ ਕੇ ਮੈਂ ਪੋਇਮ ਬੋਲਦਾ ਹੁੰਦਾ ਸੀ ਜਦੋਂ ਮੈਨੂੰ 1990 ਦੇ ਵਿੱਚ ਮੇਰੀ ਨੌਕਰੀ ਲੱਗੀ ਚੰਡੀਗੜ੍ਹ ਦੇ ਵਿੱਚ ITI ਕਰਨ ਤੋਂ ਬਾਅਦ ਤਾਂ ਉੱਥੇ ਚੰਡੀਗੜ੍ਹ ਜਾ ਕੇ 5 ਵਜੇ ਤੋਂ ਬਾਅਦ ਮੈਂ ਫ੍ਰੀ ਹੋ ਜਾਂਦਾ ਸੀ ਤਾਂ ਮੇਰਾ ਮਨ ਕਰਦਾ ਸੀ ਵੀ ਕੁਝ ਇਹੋ ਜਿਹਾ ਕੰਮ ਕੀਤਾ ਜਾਵੇ ਕਿ 5 ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉਹਨੂੰ ਯੂਟੀਲਾਈਜ਼ ਕੀਤਾ ਜਾਵੇ ਵਰਤਿਆ ਜਾਵੇ ਤਾਂ ਉੱਥੇ ਪੰਜਾਬ ਕਲਾ ਭਵਨ ਦੇ ਵਿੱਚ ਕੁਝ ਲੋਕ ਰਿਹਰਸਲ ਕਰਦੇ ਸੀ ਤਾਂ ਉੱਥੇ ਮੈਂ ਚੱਲ ਜਾਂਦਾ ਸੀ ਸਰਦਾਰ ਭਾਗ ਸਿੰਘ ਜੀ ਦਾ ਤੁਸੀਂ ਨਾਂ ਸੁਣਿਆ ਹੋਣਾ ਸਰਦਾਰ ਭਾਗ ਸਿੰਘ ਜੀ ਦਾ ਉਦੋਂ ਗਰੁੱਪ ਚੱਲਦਾ ਸੀ ਉੱਥੇ ਤਾਂ ਉਹ ਅੰਕਲ ਜੀ ਕੋਲ ਮੈਂ ਜਾਂਦਾ ਸੀ ਉੱਥੇ ਬੈਠਾ ਰਹਿੰਦਾ ਸੀ ਇੱਕ ਕਿੱਟ ਦੇ ਬੈਠੇ ਰਹਿਣਾ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਕੁਦਰਤੀ ਕੀ ਹੋਇਆ ਕਿ ਉਹਨਾਂ ਦਾ ਇੱਕ ਪ੍ਰੋਗਰਾਮ ਜਲੰਧਰ ਇੱਥੇ ਪ੍ਰੋਗਰਾਮ ਸੀ ਉਹਨਾਂ ਨੇ ਹੀਰ ਰਾਂਝਾ ਤਿਆਰ ਕੀਤਾ ਹੀਰ ਰਾਂਝੇ ਦੇ ਵਿੱਚ ਜਿਹੜਾ ਕੈਦੋਂ ਦਾ ਰੋਲ ਬੰਦਾ ਕਰ ਰਿਹਾ ਸੀ ਉਹ ਤੋਂ ਹੋ ਨਹੀਂ ਰਿਹਾ ਸੀ ਤੇ ਅੰਕਲ ਜੀ ਨੂੰ ਮੈਂ ਜਾ ਕੇ ਕਿਹਾ ਮੈਂ ਕਿਹਾ ਸਰ ਇਹ ਰੋਲ ਮੈਂ ਕਰਨਾ ਉਹ ਕਹਿੰਦੇ ਵੀ ਇਹ ਰੋਲ ਤੈਨੂੰ ਨਹੀਂ ਦੇ ਸਕਦੇ ਵੀ ਤੂੰ ਤਾਂ ਹੈ ਹੀ ਉਹ ਹੈ ਕਿਉਂਕਿ ਮੇਰੀ ਰਾਈਟ ਸੱਜੀ ਲੱਤ ਖਰਾਬ ਹੈ ਮੈਂ ਕੈਦੋਂ ਵਾਂਗੂ ਤੁਰਦਾ ਜੀ ਮੈਂ ਕਿਹਾ ਨਹੀਂ ਅੰਕਲ ਜੀ ਮੈਂ ਕਰਨਾ ਇਹ ਕਹਿੰਦੇ ਚੰਗਾ ਬੋਲ ਕੇ ਦਿਖਾ ਉੱਥੇ ਉਹਨਾਂ ਕਹਿੰਦੇ ਵੀ ਡਾਇਲੋਗ ਬੋਲ ਕੇ ਦਿਖਾ ਮੈਂ ਉਹਨਾਂ ਨੂੰ ਡਾਇਲੋਗ ਬੋਲ ਕੇ ਦਿਖਾਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਸਿਰਫ ਇਹ ਕਿਹਾ ਕਿ ਹੀਰ ਰਾਂਝਾ ਹੋਏਗਾ ਤਾਂ ਇਹ ਮੁੰਡਾ ਕਰੇਗਾ ਅਦਰਵਾਈਜ਼ ਕੋਈ ਨਹੀਂ ਕਰੇਗਾ ਕੈਦੋਂ ਦਾ ਡਾਇਲੋਗ ਯਾਦ ਹੈ ਯਾਦ ਹੈ ਜੀ ਸੁਣਾ ਦੇ ਸੁਣਾਉਣ ਤੇਰੀ ਧੀ ਕਲਛਣੀ ਚੰਦਰੀ ਨੇ ਜਿੰਦਰ ਰਾਂਝੇ ਦੇ ਨਾਲ ਜੋੜੀ ਆ ਸਾਡੀ ਇੱਜ਼ਤਾਂ ਵਾਲੀ ਬੇੜੀ ਇਹਨੇ ਵਿੱਚ ਚਨਾ ਦੇ ਰੋੜੀ ਆ ਜੇ ਇੱਜ਼ਤ ਪੱਤ ਬਚਾਉਣੀ ਹੈ ਇਹ ਚੰਦਰੀ ਨੂੰ ਸਮਝਾ ਲੈਣੀ ਮੈਂ ਖੇੜਿਆਂ ਦੇ ਵੱਲ ਚੱਲਿਆ ਤੂੰ ਇਹਦਾ ਦਾਜ ਬਣਾ ਲੈਣੀ ਤੂੰ ਇਹਦਾ ਦਾਜ ਬਣਾ ਲੈਣੀ ਤੂੰ ਇਹਦਾ ਦਾਜ ਬਣਾ ਲੈਣੀ ਬਹੁਤ ਕੁਝ ਥੈਂਕ ਯੂ ਰਹਿੰਦਰਪਾਲ ਜੀ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਨੱਚਣ ਕੁੱਦਣ ਔਰ ਤੁਸੀਂ ਗਾਉਂਦੇ ਵੀ ਰਹੇ ਹੋ ਔਰ ਇਸ ਆਪਣੀ ਗੱਲ ਦੇ ਵਿੱਚ ਤੁਸੀਂ ਪੋਇਮ ਦਾ ਜ਼ਿਕਰ ਕੀਤਾ ਕਿ ਉਹਨਾਂ ਪੋਇਮ ਤੇ ਗੀਤ ਜਿਹੜਾ ਇੱਕ ਗੀਤ ਛੋਟਾ ਜਿਹਾ ਹੋ ਜਾ ਚੱਲਿਆ ਅਸਲ ਵਿੱਚ ਮੈਂ ਗਾਇਕ ਨਹੀਂ ਹਾਂ ਜੀ ਕਿਉਂਕਿ ਮੇਰੀ ਆਵਾਜ਼ ਇੰਨੀ ਵਧੀਆ ਨਹੀਂ ਹੈ ਪਰ ਮੈਂ ਆਪਣੇ ਆਪ ਨੂੰ ਗਾਇਕੀ ਦੇ ਨਾਲ ਜੋੜਿਆ ਇਸ ਕਰਕੇ ਆਪਣਾ ਇੰਜੋਇਮੈਂਟ ਦੇ ਲਈ ਮੈਂ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਜੋ ਲੋਕ ਗੀਤ ਨੇ ਜਾਂ ਜੋ ਸਾਡੀ ਮਿੱਟੀ ਦੇ ਵਿੱਚੋਂ ਨਿਕਲੇ ਗੀਤ ਨੇ ਉਹਨਾਂ ਨੂੰ ਜੋੜ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਜਾਗੋ ਵੀ ਕੱਢਦੇ ਹਾਂ ਜੀ ਤੋ ਉਹਨਾਂ ਦੀ ਮੈਂ ਚੰਦ ਲਾਈਨਾਂ ਤੁਹਾਨੂੰ ਸੁਣਾ ਦਿੰਦਾ ਉਹ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਗੜਵਾ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾ ਜਣੀ ਜਾਂਦੀ ਦਾ ਅਸਾਂ ਕੁੜੀਏ ਨਾ ਤੇਰੀ ਟੋਰਨੀ ਵੇਖਣੀ ਅਸਾਂ ਕੁੜੀਏ ਨਾ ਤੇਰੀ ਟੋਰਨੀ ਵੇਖਣੀ ਅੱਗ ਲਾਉਣਾ ਗੜਵਾ ਚਾਂਦੀ ਦਾ ਲੱਕ ਟੁੱਟੀ ਜੂਹਲਾਰੇ ਖਾਂਦੀ ਦਾ ਲੱਕ ਟੁੱਟੀ ਜੂਹਲਾਰੇ ਖਾਂਦੀ ਦਾ
सब तो पहला जी जी मेरी सब तो वडमुली जी देन है जी मैं अपनी वड्डी अचीवमेंट समझदा जिस दिन मैं सोचदा कि मैं जे दुनिया दे विच आया मैं वाहेगुरु का शुक्र मनाउणा कि वाहेगुरु ने मैनूं हैंडीकैप बनाया और मैं ये अचीवमेंट मेरे नाम आई ਉਹ ਇਹ ਰਹੀ ਕਿ ਅਸੀਂ ਜਿਹੜੀ ਡਿਸੇਬਲ ਦੀ ਭੰਗੜਾ ਟੀਮ ਤਿਆਰ ਕੀਤੀ ਅੰਗਹੀਣਾਂ ਦੀ ਭੰਗੜਾ ਟੀਮ ਤਿਆਰ ਕੀਤੀ ਉਸ ਦੇ ਨਾਲ ਅਸੀਂ ਲਗਭਗ ਵਿਦੇਸ਼ਾਂ 'ਚ ਵੀ ਗਏ ਬੜਾ ਅਸੀਂ ਨਾਮ ਖੱਟਿਆ ਲਿਮਕਾ ਬੁੱਕ ਦੇ ਵਿੱਚ ਸਾਡਾ ਨਾਮ ਹੀ ਆਇਆ ਉਸ ਤੋਂ ਬਾਅਦ ਕਿਉਂਕਿ ਅਸੀਂ ਲਗਭਗ 1990 ਤੋਂ ਲੈ ਕੇ 2005 ਤੱਕ 15 ਸਾਲ ਇੱਕੋ ਟੀਮ ਨਚਾਈ ਇਹ ਦੁਨੀਆ ਦਾ ਇਤਿਹਾਸ ਹੈ ਇੱਕ ਸਿੰਗਲ ਟੀਮ ਇੰਨੇ ਸਾਲ ਨਹੀਂ ਨੱਚ ਸਕਦੀ ਜੀ 15 ਸਾਲ ਤੁਹਾਨੂੰ ਰੋਕਣ ਲਈ ਇੱਕ ਦਰਸ਼ਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਹੈਲੋ हेलो नमस्कार जी सारे नु नमस्कार जी स्वागत कर रहे हैं थोड़ा प्रोग्राम च जितेंद्र पासके बोल रहे हैं जी पायल तो जी अंधेरे विचो उजाले का उदयमान होना मनुष्यता लिए वरदान तो घट नहीं है इस वरदान लिए जिथे प्रोफेसर लखवीर सिंह जी ते जीडी पंजाबी बधाई दे पात्र हैं जेडे लोग इस तरह दीआं मुसीबतां विच हुंदे हन उहनां नूं इक बहुत वड्डी ऊर्जा मिलदी है जिस नाल उन्हां विच मुसीबतां लड़न दी हिम्मत ते हौसला मिलदा है मैं हरिंदरपाल जी तो पुछना चाहुंदा कि इन्हां नूं जिहड़ा हैगा भंगड़े दा जिहड़ा शौक किदां पिया और किस बंदे ने इस इन्हां नूं हिम्मत दित्ती कि तुसीं इह कम कर सकदे हो धन्नवाद मेहरबानी शुक्रिया जी मैं पहला तो वीर जी का बहुत बहुत धन्यवाद करदा जी ते इह जिहड़ा शौक मैनूं भंगड़े का पिया है उस दे लई मैं सरदार भाग सिंह जी का ते मेरे दूसरे गुरु नरिंदर निंदी जी का बहुत धन्यवादी हाँ जिन्हां ने मैनूं इस लाइन दे विच लाया दूसरी गल है जिहड़ा शौक की गल है जी मेरी तो लाइफ का इको फंड है जी खुद ही को कर बुलंद इतना कि हर तकरीर से खुद खुदा बंदे से पूछे बंदे तेरी रजा क्या है बंदे तेरी रजा क्या है गल करिए जी परिवार दी कि तुहाडे परिवार दे विच कौन कौन है ते परिवार दा साथ ਤੁਹਾਡੇ ਸਫ਼ਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਐਕਚੁਅਲੀ ਚੰਡੀਗੜ੍ਹ ਮੇਰੇ ਵਾਈਫ ਨੇ ਮੇਰੇ ਦੋ ਬੱਚੇ ਨੇ ਜੀ ਬੇਟਾ ਬੇਟੀ ਬੇਟੀ ਜਸਨੀਤ ਕੌਰ ਬੇਟਾ ਸ਼ਵਿੰਦਰਪਾਲ ਸਿੰਘ ਫਾਦਰ ਸਾਹਿਬ ਮੇਰੇ ਪਿਛਲੇ ਸਾਲ ਐਕਸਪਾਇਰ ਹੋ ਗਏ ਸੀ ਉਸ ਤੋਂ ਪਹਿਲਾਂ ਥੋੜ੍ਹੇ ਪਹਿਲਾਂ ਮਦਰ ਮੇਰੇ ਐਕਸਪਾਇਰ ਹੋ ਗਏ ਸੀ ਵੱਡੇ ਸਿਸਟਰ ਮੇਰੇ ਮਲੋਟ ਟੀਚਰ ਨੇ ਉਸ ਤੋਂ ਬਾਅਦ ਛੋਟਾ ਵੀਰ ਮੇਰਾ ਉਹ ਅਮਰੀਕਾ ਦੇ ਵਿੱਚ ਉੱਥੇ ਸੈਟਲ ਹੈ ਅਤੇ ਉਹ ਉਹਨਾਂ ਦੇ ਪਰਿਵਾਰ ਦਾ ਸਹਿਯੋਗ ਮੇਰੇ ਨਾਲ ਇੰਨਾ ਕਰਿਆ ਜੀ ਕਿ ਅੱਜ ਉਹ ਵੀ ਹੈ ਮੈਂ ਉਹਨਾਂ ਦੀ ਬਦੌਲਤ ਬਹੁਤ ਖੂਬਸੂਰਤ ਰਿੰਦਰਪਾਲ ਜੀ ਤੁਹਾਡੇ ਨਾਲ ਗੱਲ ਕਰਦਿਆਂ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਜਿਹੜੀਆਂ ਐਡਵੈਂਚਰ ਸਪੋਰਟਸ ਨੇ ਆਪਾਂ ਕਰਤੂਤੀ ਖੇਡਾਂ ਭਾਵੇਂ ਉਹਨਾਂ ਨੂੰ ਕਹਿ ਲਈਏ ਕਾਰਨਾਮੇ ਉਹਨੇ ਖੇਡਾਂ ਤੁਸੀਂ ਉਹਨਾਂ ਵਿੱਚ ਵੀ ਕਾਫੀ ਮੁਹਾਰਤ ਹਾਸਲ ਕਰਕੇ ਔਰ ਤੁਸੀਂ ਬਹੁਤ ਸਾਰੇ ਐਡਵੈਂਚਰ ਸਪੋਰਟਸ ਟੀਮਾਂ ਤਿਆਰ ਕੀਤੀਆਂ ਉਹ ਸਿਲਸਿਲਾ ਕਿਵੇਂ ਚੱਲਿਆ ਅਸਲ ਵਿੱਚ ਇੱਕ ਆਲ ਇੰਡੀਆ ਸਕੂਟਰ ਰੈਲੀ ਹੋਈ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ 2005 ਦੇ ਵਿੱਚ ਤਾਂ ਉਸ ਰੈਲੀ ਦੇ ਦੌਰਾਨ ਕੀ ਹੋਇਆ ਜੀ ਇਹਨਾਂ ਨੇ ਇੱਕ ਬਾਇਓਡਾਟੇ ਮੰਗੇ ਸਾਰੇ ਇੰਡੀਆ ਤੋਂ ਜੀ ਉਹਦੇ ਵਿੱਚ ਮੇਰਾ ਬਾਇਓਡਾਟਾ ਵੀ ਜਦ ਦਿੱਲੀ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਬੰਦੇ ਨੂੰ ਨਹੀਂ ਲੈਣਾ ਮੈਨੂੰ ਡਿਨਾਈ ਕਰਤਾ ਮੈਨੂੰ ਵਾਪਸ ਚੰਡੀਗੜ੍ਹ ਭੇਜ ਦਿੱਤਾ ਗਿਆ ਲੇਕਿਨ ਜਦੋਂ ਰੈਲੀ ਚੱਲੀ ਤਾਂ ਸਭ ਲੋਕਾਂ ਨੇ ਇਹ ਕਿਹਾ ਵੀ ਉਹ ਬੰਦਾ ਹੋਣਾ ਚਾਹੀਦਾ ਵਿੱਚ ਜੀ ਜਿਸ ਵੇਲੇ ਰੈਲੀ ਚੰਡੀਗੜ੍ਹ ਪਹੁੰਚੀ ਜੰਮੂ ਕਸ਼ਮੀਰ ਤੋਂ ਹੋ ਕੇ ਤਾਂ ਮੈਂ ਉਹਨੂੰ ਜੁਆਇਨ ਕੀਤਾ ਉਸ ਰੈਲੀ ਤੋਂ ਬਾਅਦ ਅਸੀਂ ਲਗਭਗ ਸਾਰੇ ਇੰਡੀਆ ਦੇ ਹਰੇਕ ਸਟੇਟ ਨੂੰ ਅਸੀਂ ਟੱਚ ਕੀਤਾ ਆਪ ਮੈਂ ਖੁਦ ਸਕੂਟਰ ਚਲਾਇਆ ਉੱਥੇ ਜੋ ਵੀ ਕਲਚਰ ਪ੍ਰੋਗਰਾਮ ਜੋ ਵੀ ਕੁਝ ਹੁੰਦਾ ਸੀ ਸਭ ਨੂੰ ਮੈਂ ਟੱਚ ਕਰਦਾ ਰਿਹਾ ਸਭ ਕੁਝ ਕਰਦਾ ਰਿਹਾ ਜਦੋਂ ਉਹ ਰੈਲੀ ਖਤਮ ਹੋਈ ਤਾਂ ਬੈਸਟ ਜਿਹੜਾ ਕੈਂਡੀਡੇਟ ਕਰਨਾ ਸੀਗਾ ਉਹਨਾਂ ਨੇ ਮੈਨੂੰ ਦੇ ਦਿੱਤਾ ਜੀ ਤਾਂ ਉਸ ਤੋਂ ਬਾਅਦ ਮੈਂ ਇਹ ਸੋਚ ਲਿਆ ਕਿ ਜੇ ਮੈਂ ਇੱਥੇ ਬੈਸਟ ਕੈਂਡੀਡੇਟ ਹਾਂ ਤਾਂ ਫਿਰ ਮੈਂ ਦੁਨੀਆ ਦਾ ਵਾਕਈ ਬੈਸਟ ਕੈਂਡੀਡੇਟ ਹਾਂ ਮੈਨੂੰ ਕੋਈ ਨਹੀਂ ਹਰਾ ਸਕਦਾ ਉਸ ਤੋਂ ਬਾਅਦ ਇੱਕ ਮੈਂ ਐਡਵੈਂਚਰ ਜਿਹੜਾ ਕੈਂਪ ਲਾਇਆ ਹੈਕਿੰਗ ਟਰੈਕਿੰਗ ਦਾ ਤਾਂ ਉੱਥੇ ਜਿਹੜੇ ਸਾਡੇ ਬ੍ਰਿਗੇਡੀਅਰ ਸਾਹਿਬ ਸੀ ਜਿਹੜੇ ਸਾਨੂੰ ਭੇਜਦੇ ਸੀ ਉਹ ਕਹਿੰਦੇ ਵੀ ਤੂੰ ਟਰੈਕਿੰਗ 'ਤੇ ਨਹੀਂ ਜਾਣਾ ਮੈਂ ਕਿਹਾ ਜੀ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਕਰ ਲਓ ਉਹ ਕਹਿੰਦੇ ਨਹੀਂ ਤੈਨੂੰ ਭੇਜਣਾ ਨਹੀਂ ਕਹਿੰਦੇ ਤੂੰ ਇੱਦਾਂ ਵੀ ਤੈਨੂੰ ਅਸੀਂ ਕੰਪਨਸੇਟ ਕਰ ਲਿਆ ਅਤੇ ਤੈਨੂੰ ਅਸੀਂ ਸਰਟੀਫਿਕੇਟ ਦੇ ਦਾਂਗੇ ਤੂੰ ਬੈਠ ਜਾ ਇੱਥੇ ਮੈਂ ਠੀਕ ਹੈ ਜੀ ਮੈਂ ਕਿਹਾ ਠੀਕ ਹੈ ਸਰ ਉਹ 9:15 ਤੁਰੇ ਟਰੈਕਿੰਗ ਲਈ ਮੈਂ 9:30 ਪਤਾ ਹੀ ਨਹੀਂ ਕਿੱਧਰੋਂ ਨਿਕਲ ਕੇ ਮੈਂ ਮਗਰ ਲੱਗ ਗਿਆ ਜੀ ਉਹਨਾਂ ਦੇ ਲੋਕਾਂ ਤੋਂ ਪੁੱਛ ਪੁੱਛ ਕੇ ਉਹ ਜਿਹੜੇ ਸਪੋਰਟ 'ਤੇ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਤੋਂ ਪਹਿਲਾਂ ਮੈਂ ਪਹੁੰਚ ਗਿਆ ਉਹ ਬ੍ਰਿਗੇਡੀਅਰ ਸਾਹਿਬ ਨੇ ਕੁੱਟਿਆ ਫੜ ਕੇ ਉੱਥੇ ਮਿਲੀ ਕਹਿੰਦੇ ਵੀ ਤੂੰ ਇੱਥੇ ਆਇਆ ਕਿੱਦਾਂ ਮੈਂ ਕਿਹਾ ਜੀ ਤੁਸੀਂ ਆ ਸਕਦੇ ਹੋ ਮੈਂ ਨਹੀਂ ਆ ਸਕਦਾ ਬਾਅਦ ਦੇ ਵਿੱਚ ਸੀਗਾ ਹਿੱਲ ਕਰੋਸਿੰਗ ਦਾ ਕਰੋਸਿੰਗ ਦੇ ਲਈ ਮੈਨੂੰ ਮਨਾ ਕਰਦੇ ਸੀ ਮੈਂ ਕਰ ਕਰਾ ਕੇ ਨਹੀਂ ਮੈਂ ਕਿਹਾ ਸਰ ਮੈਂ ਕਰਨਾ ਹਾਲਾਂਕਿ ਮੈਂ ਫੇਲ ਹੋ ਗਿਆ ਉਹਦੇ 'ਚ
लेकिन उस दी जिहड़ी अचीवमेंट सी जद असी वापस कैंप दी बंद होया तां उत्थे मैनूं बेस्ट कैंपर दिता गया। इस करके नहीं कि मैं हैंडीकैप सी, सिर्फ इस करके कि यह कुछ कर सकता है। बिल्कुल, थोड़े हिम्मत ते हौसले नाल बिल्कुल बिल्कुल तुसीं सब कुछ हासिल कीता। एक होर दर्शक तुहाडे नाल गल करना चाहुंदे ने। हैलो हैलो हैलो, स्वागत करदे आ जी तुहाडा जिंदगी अनमोल दे विच, स्वागत करदे आ। कौन बोल रहे ने? हैलो बोलो जगमी जी। हैलो, मुझे लगता है कि उन्होंने आवाज साढ़े तक नहीं पहुंच रही है। हाँ जी हरिंदरपाल जी, इस दे नाल नाल समाजिक सेवा दे खेत्र विच तुसीं काफी अग्रसर इन्ना एडवेंचरस काम करदे आ करदे आ, ते उस सिलसिले च असीं तुहाडे नाल गल करांगे। पर तुसीं गीत सुनाया है ते क्यों ना डीडी पंजाबी भी एक गीत तुहानू ते दर्शकां नू सुणा देवे। एक गीत नाल जोड़दे आ। प्रोग्राम गला ते गीत ते खास सेगमेंट साडा चल रहा है जी जिंदगी अनमोल। ते हरिंदर जी, थोड़े तो जानना चाहते हैं कि तुसी विदेशा दे विच भी गए, उत्थे भी तुसी परफॉर्म किया या अपने ग्रुप लैके गए, किस तरह का तुहाडा तजुर्बा रहा उत्थे? बहुत वधिया रहा जी, उत्थे असी पहली बारी जद अमेरिका गए साडी टीम लैके गए, उत्थे लोगों ने इन्ना ज्यादा एफिशिएट किया, सानू बहुत ज्यादा हिम्मत भी दिती, और कईआं दा तां इह कहना सी कि बाय चांस अगर ये टीम अमेरिका दे विच होवे तां तुसी मिलियनर होना सीगा जी। इत्थों तक कि जिहड़े दो टावर डिगे ने असी उह टावर देखण गए ਤਾਂ ਉਹ ਲਾਈਨ ਦੇ ਵਿੱਚ ਅਸੀਂ ਖੜੇ ਸੀ, ਦੋ ਲੋਕ ਭੱਜ ਕੇ ਆਏ ਕਹਿੰਦੇ ਜੀ ਤੁਸੀਂ ਲਾਈਨ 'ਚ ਕਿਉਂ ਖੜੇ ਆ? ਅਸੀਂ ਕਹੀ ਸਾਨੂੰ ਤਾਂ ਪਤਾ ਨਹੀਂ ਹੈ, ਉਹ ਕਹਿੰਦੇ ਜੀ ਲਾਈਨ ਛੱਡ ਕੇ ਆਓ, ਇਹ ਵਾਲੀ ਲਿਫਟ 'ਚ ਬੈਠੋ। ਉਹਨਾਂ ਨੇ ਸਾਨੂੰ ਸਾਰਾ ਘੁਮਾਇਆ, ਲਗਭਗ ਮੇਰੇ ਖਿਆਲ 5,000 ਦੇ ਕਰੀਬ ਉਹਨਾਂ ਨੇ ਡਾਲਰ ਸਾਡੇ 'ਤੇ ਸਪੈਂਡ ਕੀਤੇ, ਜਿਹੜਾ ਉੱਥੇ ਸਾਰੇ ਖਰਚਾ ਆਇਆ। ਬਾਅਦ 'ਚ ਜੀ ਜਾਣ ਲੱਗੇ ਕਿ ਅਸੀਂ ਕਹੀ ਸਾਡੇ 'ਤੇ ਕਿਉਂ ਕੀਤਾ ਜੀ ਇਹ, ਕਹਿੰਦੇ ਵੀ ਇੰਨੇ ਲਾਰਜ ਦੇ ਵਿੱਚ ਕਦੇ ਡਿਸੇਬਲ ਹੀ ਨਹੀਂ ਆਏ ਇੱਥੇ। ਸਾਨੂੰ ਦੇਖ ਕੇ ਇੰਨੇ ਜ਼ਿਆਦਾ ਖੁਸ਼ ਹੋਏ ਵੀ ਇੰਨੇ ਤੁਸੀਂ ਆਪਣੇ, ਕਿਉਂਕਿ ਸ਼ਰਾਰਤਾਂ ਕਰ ਰਹੇ ਸੀ ਸਾਰੇ, ਭੰਗੜੇ ਵਾਲੇ ਸੀ, ਭੰਗੜੇ ਵਾਲੇ ਵੈਸੇ ਹੀ ਸ਼ਰਾਰਤੀ ਹੁੰਦੇ ਆ ਜੀ, ਤਾਂ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਅਸਲੀ ਲਾਈਫ ਤਾਂ ਇਹ ਲੋਕ ਜਿਉ ਰਹੇ ਨੇ, ਅਸੀਂ ਤਾਂ ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ। ਕਹਿੰਦੇ ਨੇ ਰੌਣਕੇ ਹਸਤੀ ਕਿਸੇ ਸੂਰਤ ਜਹਾਂ ਮੇਂ ਕਮ ਨਾ ਹੋ,
जिंदगी का जश्न तो होता रहे मातम ना हो, और इस तरह का जश्न जरा यही है जिंदगी अनमोल। बिल्कुल ठीक है प्रोफेसर लखबीर सिंह जी, मैं थोड़े तो पूछना चाहते हैं, हाल ही के विच तुसी ओडिशा गए तो उत्थे यमानंद बिस्पाल जी जो साबका मुख्यमंत्री ओडिशा ने ते मौजूदा मैंबर पार्लियामेंट ने उन्होंने सरप्रस्ती दे विच तुहानू सन्मानिया गया, थोड़े तो जानना चाहते हैं सन्मान बारे। पिछले दिन च ना एक राष्ट्रीय कॉन्फ्रेंस सी स्वैच्छिक कुंदा दे उपर, और उस कॉन्फ्रेंस दे विच मैं उत्तरी भारत दे राज्यां च स्वैच्छिक कुंदा दी की स्थिति है उस बारे एक परचा पेश करना सी, पर जदों उन्हां लोगां नूं पता लगा कि मैं काफी तलखियां दे विच खुश होके खुशनुमा रह के जीन दा शौकीन आ रहना आ, तो उन्होंने फिर बड़ी वड्डी गैदरिंग दे विच उस वेले एक इस तरह का सन्मान बना के पेश किया। इन्हों ने कहा कि असल जीवन नायक तो उही हुंदे ने जिहड़े इस तरह दियां बुलंदियां दे इस तरह के संघर्ष के समय विच भी बुलंद रह के जी सकते ने। ते उत्थे मैं एक तो उत्तरी भारत भारतीय रेड क्रॉस सोसाइटी जलंधर नूं पंजाब नूं जिहड़ा प्रतिभागता की, दूसरा उस राष्ट्रीय सैमीनार दे कुछ सैशन जिहड़े मैं चेयर भी किए, और नाल नाल मैं जिहड़ी उत्थों काफ़ी सारी शाबाश मैनूं बड़ा उत्साह मिलिया। हालांकि इस तरह की हालत जो कीमोथेरेपी कैंसर की चल रही हो निकलना मुश्किल, परिवार सारे इजाजत नहीं दे रहे, पर फिर भी मैं कहा नहीं मैं तो जाना है, पर उस तो मैनूं काफ़ी उत्साह मिलिया कि जिहड़े जदों लोग दर्शक देखते ने हरिंदर जी तो जानते हैं कि बहुत सारे सम्मान उन्होंने भी मिले, उस बारे जानना चाहते हैं। सब तो पहला जो अवार्ड मैं नेशनल यूथ अवार्ड मिलिया, और इंडिया का मैं पहला कैंडीडेट सीगा जिहड़ा हैंडीकैप हुंदे होए उस अवार्ड नूं लैण वाला। उस तो बाद इहो जी दिन चली जी उत्थे लगातार 1999 तो हर एक साल एक डिसेबल नूं अवार्ड दिता जांदा है, नाल मैनूं एक नैशनल क्रिएटिव डिसेबल अवार्ड जिहड़ा कि गवर्नमेंट ऑफ इंडिया इंपावरमेंट मिनिस्ट्री वल्लों मैनूं मिलिया। उस दे विच जिहड़े अवार्ड जद मैं लैण गया जी उत्थे तो मैनूं इस गल दा इन्नी ज़्यादा खुशी हुई कि इह अवार्ड दे काबल मैं बनया जिन्हों मैं बचपन तो सोचता सी मैं भी कोई वड्डा अवार्ड लवा, नाल ही माइंड ऑफ स्टील अवार्ड मिले, होर बहुत सारे अवार्ड, लेकिन जिहड़ा लेटेस्ट अवार्ड मैनू मिलिया वह है जी चंडीगढ़ स्टेट अवार्ड। उस दे लई मैं अचीवमेंट सब तो उदों भी ज़्यादा वड्डी यह है कि मैं पंजाब तो उठ के चंडीगढ़ गया, चंडीगढ़ दे विच पंजाब गवर्नमेंट इंपलाई हाँ, उत्थे एक इहो जी लोगों की मिनिस्टरां दी जां उत्थे जिहड़ी एडमिनिस्ट्रेशन की सोच सी कि पंजाब तो जिहड़ा इत्थे आएगा उहनूं अवार्ड पंजाब विच वी लवे चंडीगढ़ चों नहीं देना, पर मैं अपनियां अचीवमेंटां जदों उहनां दे सामने रखियां उहनां अचीवमेंटां नूं देखदे होए उहनां ने वह अवार्ड मैनू दिता। तो नाल ही इस साल जिहड़ा इस साल 2013-14 का पद्म श्री अवार्ड है उहदे लई मैनूं चंडीगढ़ ने नोमीनेट किया है, जिहड़ी मेरी बहुत वड्डी अचीवमेंट है। वो अवार्ड मिले भावे ना मिले पर यह है कि मन नूं सुकून है। बहुत अच्छा हरिंद्रपाल जी, तुसी वख वख खेत्रां च काम करदे आ, मैनूं पता लगा कि क्रिकेट टीम भी तैयार कीती। बिल्कुल जी, असीं चंडीगढ़ दे विच क्रिकेट टीम बनाई हुई है हैंडीकैप्स की, जिहड़े कि असीं 4 दे करीब असीं नैशनल खेल चुके हाँ। उहदे च मेरा छोटा वीर है मनिंदरपाल सिंह नाल रमेश ठाकुर जी ने चरणजीत चन्नी ने इन्हां सारयां दी बदौलत असीं उह टीम कीती हुई है, और असीं जदों खेडण जाईदा लोगों नूं इह लगदा है वी इह पता नहीं की करन चले आ, लेकिन जदों उत्थे जिहड़ा असीं इंजॉय करीदा उह साडा देखो जी मन की खुशी मैनूं सब तो ज्यादा यह है जो लोग मैनूं कहिंदे है मैनूं अचीवमेंट नाल कोई लैण देण नहीं, मैनूं प्राइज नाल नहीं, जो मैनूं लोग यह कहिंदे है ना जी कि जिहड़ा यह बंदा जा रहा है यह फिजिकली डिसेबल है पर 10 नॉर्मल दे बराबर है, मैनूं उदों इह हुंदा वी वाकई मैं कुछ बिल्कुल बिल्कुल। ते तुसीं हुण कोई खास प्रोजेक्ट लोक नाचां और लोक गीतां दे बारे च कुछ? हाँ जी बिल्कुल जी, जिहड़े लोक नाचां दे विच जिन्ने भी लोक नाच ने पंजाब दे उहनां विच खास करके दो इहो जिहे लोक नाच सी जिहड़े अलोप हो चुके सी लुड्डी ते डंडास, उहनां नूं असीं रिवाइव कीता, मेरे नाल बच्चे ने उत्थे काफ़ी सारे जिन्हां दा मैं बहुत थैंक्स हाँ जी, उहनां सारा बच्चिआं ने मेरे नाल हैल्प कीती, असीं लुड्डी डांस नूं कीता पंजाब यूनिवर्सिटी दे यूथ फैसटिवलां दे विच जिहड़ी उस डांस नूं जगह दिती गई है, वो जिथे भी वह नाच हुंदा एटलीस्ट मेरा माड़ा मोटा नाम वजदा है कि हरिंदर दा, प्लस चंडीगढ़ दे विच जिन्ने भी कॉलेजेस ने जां जिन्ने भी उत्थे फेस्टिवल हुंदे ने उत्थे किते ना किते जरूर साडी
होंद होंदी है असीं उत्थे जरूर पार्टिसिपेट करदे हां जी। ते तुसीं सारिआं नूं भंगड़ा भी सिखांदे हो? बिल्कुल जी, बिल्कुल। हुण जिस तरह पहले भी गल कीती कि जिहड़े नॉर्मल ने मैं उहनां नूं भी भंगड़ा सिखांदा, ते ओह किस तरह दा तजुर्बा तुहाडा रहिंदा? ओह चंडीगढ़ दे विच चार पंज इहो जिहे कॉलेज ने जिथे लगभग 11-12 सालां तों मैं कोचिंग दे रहा जी, और ओह टीमां फर्स्ट सैकंड थर्ड आउंदीआं वी ने, नैशनल लैवल ते भी पार्टिसिपेट करदीआं ने। ਉਹ ਮੈਨੂੰ ਕਦੇ ਲੱਗਿਆ ਹੀ ਨਹੀਂ ਜੀ ਕਿ ਮੈਂ ਹੈਂਡੀਕੈਪ ਹਾਂ ਅਤੇ ਉਹ ਨੋਰਮਲ ਨੇ ਜਾਂ ਉਹ ਨੋਰਮਲ ਨੇ, ਕਿਸੇ ਤਰ੍ਹਾਂ ਦੀ ਉਹਨਾਂ ਨੇ ਬੱਚਿਆਂ ਨਹੀਂ। ਈਵਨ ਕਿ ਉਹ ਬੱਚੇ ਘਰਾਂ 'ਚ ਜਾ ਕੇ ਮਿਸਾਲ ਦਿੰਦੇ ਨੇ ਕਿ ਸਾਡੇ ਇਹੋ ਜਿਹੇ ਸਰ ਜੇ ਸਰ ਨੇ ਵੀ ਜੇ ਉਹ ਡਾਂਸ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ, ਸਗੋਂ ਉਹ ਮੋਟੀਵੇਟ ਹੁੰਦੇ ਨੇ ਇਸ ਚੀਜ਼ ਤੋਂ। ਬਿਲਕੁਲ, ਅਤੇ ਜਦੋਂ ਅਸੀਂ ਖਾਸ ਕਰ ਨਾਚ ਦੀ ਗੱਲ ਕਰੀਏ, ਡਾਂਸ ਦੀ ਗੱਲ ਕਰੀਏ, ਡਾਂਸ ਨਾਲ ਜੁੜਦੇ ਹਾਂ ਤਾਂ ਮਨ ਆਪਣੇ ਆਪ ਹੀ ਜਿਹੜਾ ਹੈ ਉਹ ਖੁਸ਼ ਬਿਲਕੁਲ ਖੁਸ਼ ਹੁੰਦਾ ਜੀ। ਇੱਕ ਦਰਸ਼ਕ ਹੋਰ ਇਸ ਬਾਰੇ ਇੱਕ ਸਵਾਲ ਕਰਨਾ ਚਾਹੁੰਦੇ ਨੇ। ਹੈਲੋ, ਹੈਲੋ, ਸਵਾਗਤ ਕਰਦੇ ਹਾਂ ਜੀ। ਮੈਡਮ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਨੂੰ ਇਹੋ ਜਿਹੀ ਮਨੁੱਖਤਾ ਦੇ ਨਾਲ ਬਹੁਤ ਹਮਦਰਦੀ ਹੈ ਜੀ, ਪਰ ਮੈਂ ਸਾਇੰਸ ਦੇ ਯੁੱਗ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ ਵੀ ਜੋ ਆਪਾਂ ਹਰ ਇੱਕ ਗੱਲ ਕੁਦਰਤ ਤੇ ਕਰ ਦਿੰਦੇ ਹਾਂ, ਵਾਹਿਗੁਰੂ ਦਾ ਨਾਂ ਲੈ ਦਿੰਦੇ ਹਾਂ ਵੀ ਇਹ ਵਾਹਿਗੁਰੂ ਨੇ ਮਾੜਾ ਕੀਤਾ ਜਾਂ ਪਰਮਾਤਮਾ ਨੇ ਮਾੜਾ ਕੀਤਾ, ਜਦੋਂ ਕਿ ਇੱਕ ਇਹ ਸੱਚ ਹੈ ਵੀ ਪਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ ਹੈਗਾ। ਮਨੁੱਖ ਭਾਵੇਂ ਪਰਮਾਤਮਾ ਦਾ ਮਾੜਾ ਕਰਦੇ, ਪਰ ਜਿਹੜਾ ਪਰਮਾਤਮਾ ਹੈ ਉਹ ਮਨੁੱਖ ਦਾ ਮਾੜਾ ਨਹੀਂ ਕਰਦਾ ਹੈਗਾ। ਦੂਜੀ ਮੈਂ ਗੱਲ ਕਰਨੀ ਚਾਹੁੰਦਾ ਵੀ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਜੋ ਵੀ ਮੇਰੀਆਂ ਮਾਤਾਵਾਂ ਭੈਣਾਂ ਜਾਂ ਮੇਰੇ ਵੀਰ ਸੁਣ ਰਹੇ ਆ ਇਸ ਮਤਲਬ ਵਿਸ਼ੇ ਨੂੰ, ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਜੇ ਤੁਸੀਂ ਸਾਡੀ ਧੀ ਭੈਣ ਮਾਂ ਜਿਹੜੀ ਗਰਭ ਅਵਸਥਾ 'ਚ ਹੈ ਉਹ ਅੱਜ ਕੱਲ੍ਹ ਸਾਇੰਸ ਦੇ ਯੁੱਗ ਵਿੱਚ ਆਪਣਾ ਪੂਰਾ ਧਿਆਨ ਰੱਖੇ ਤਾਂ ਜਿਹੜੀਆਂ ਅਨਮੋਲ ਜਿੰਦੜੀਆਂ ਨੇ ਇਸ ਜਗ੍ਹਾ 'ਤੇ ਜਾਣ ਤੋਂ ਬਚਾਈਆਂ ਜਾ ਸਕਦੀਆਂ ਨੇ। ਅਤੇ ਮੇਰਾ ਇਹ ਉਦੇਸ਼ ਹੈ ਵੀ ਮੇਰੀਆਂ ਮਾਤਾਵਾਂ ਭੈਣਾਂ ਸਭ ਮੇਰੇ ਉਦੇਸ਼ ਦੀ ਪਾਲਣਾ ਕਰਨ, ਜਿਸ ਦੇ ਨਾਲ ਅੰਗਹੀਣ ਜਾਂ ਬਲਾਇੰਡ ਜਾਂ ਜੋ ਵੀ ਕਾਰਨਾਮੇ ਹੁੰਦੇ ਆ ਉਹ 'ਚ ਕਾਫੀ ਫਰਕ ਪਵੇਗਾ। ਦੂਜੀ ਮੈਂ ਗੱਲ ਕਰਨੀ ਚਾਹੁੰਦਾ ਸੀ ਵੀ ਅਨੇਕਾਂ ਪਿੰਡਾਂ ਦੇ ਵਿੱਚ, ਹਰ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਬੰਦੇ ਬੈਠੇ ਆ, ਮੇਰੇ ਪਿੰਡ ਵੀ ਬੈਠੇ ਆ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਅੱਖਾਂ ਕੰਮ ਨਹੀਂ ਕਰਦੀਆਂ ਹੈਗੀਆਂ, ਪਰ ਉਹਨਾਂ ਦਾ ਜਿਹੜਾ ਆਰਥਿਕ ਪੱਖ ਹੈ ਕਮਜ਼ੋਰ ਹੈ, ਨਾ ਤਾਂ ਉਹਨਾਂ ਨੂੰ ਇੱਥੋਂ ਤੱਕ ਕੱਪੜੇ ਕੀ ਉਹਨਾਂ ਨੂੰ ਖਾਣ ਨੂੰ ਖਾਣਾ ਵੀ ਨਹੀਂ ਮਿਲਦਾ ਹੈਗਾ, ਅਤੇ ਨਾ ਹੀ ਉਹ ਸਕੂਲ ਜਾ ਸਕਦੇ ਆ, ਨਾ ਹੀ ਉਹਨਾਂ ਦੀ ਡਿਊਟੀ ਇੰਨੀ, ਉਹਨਾਂ ਦੇ ਪੇਰੈਂਟਸ ਜਿਹੜੇ ਮਜ਼ਦੂਰ ਹੁੰਦੇ ਆ ਉਹ ਸਿਰਫ ਆਪਣਾ ਢਿੱਡ ਪਾਲਣ ਲਈ ਸਾਰਾ ਦਿਨ ਕੰਮ ਕਰਦੇ ਆ। ਇਸ ਵਾਸਤੇ ਉਹਨਾਂ ਜਿੰਦੜੀਆਂ ਵਾਸਤੇ ਵੀ ਕੋਈ ਖਾਸ ਪ੍ਰਬੰਧ ਹੈ? ਮੈਂ ਇਹ ਸਵਾਲ ਹੈ ਮੇਰਾ ਵੀ ਉਹਨਾਂ ਉਹ ਸੰਸਥਾ ਤੱਕ ਜਾਂ ਉਹ ਸਰਕਾਰ ਤੱਕ ਪਹੁੰਚ ਕੀਤੀ ਜਾ ਸਕੇ ਵੀ ਇਹਨਾਂ ਨੂੰ ਕਿਸੇ ਪਾਸੇ ਲਾਇਆ ਜਾਵੇ। ਮਿਹਰਬਾਨੀ, ਧੰਨਵਾਦ। ਬਹੁਤ ਖੂਬਸੂਰਤ ਗੱਲ, ਔਰ ਜਿਹੜਾ ਦਖਲ ਪ੍ਰੋਗਰਾਮ ਵਿੱਚ ਬੜਾ ਉਸਾਰੂ ਦਖਲ ਸੀਗਾ। ਇੱਕ ਗੱਲ ਮੈਨੂੰ ਇੱਥੇ ਯਾਦ ਹੈ, ਜਦੋਂ ਅਸੀਂ ਕ੍ਰਿਸਮਸ ਦੇ ਜਾਂ ਸ਼ੁਭਕਾਮਨਾਵਾਂ ਦੀ ਗੱਲ ਕੀਤੀ, ਉਹਨਾਂ ਨਾਲ ਜੁੜਦੀ ਗੱਲ ਹੈ ਕਿ ਜਿਸ ਤਰ੍ਹਾਂ ਹਰਿੰਦਰਪਾਲ ਜੀ 2 ਸਾਲ ਦੀ ਉਮਰ 'ਚ ਪੋਲੀਓ ਗ੍ਰਸਤ ਹੋ ਗਏ, ਔਰ ਸਾਡੇ ਕੋਲ ਲੱਖਾਂ ਲੋਕ ਐਸੇ ਨੇ ਜਿਹੜੇ ਪੋਲੀਓ ਦੇ ਲੱਛਣਾਂ ਤੋਂ ਪ੍ਰਭਾਵਿਤ ਹੋ ਕੇ ਜ਼ਿੰਦਗੀ ਭਰ ਉਹਨਾਂ ਨੂੰ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਔਰ ਉਹਨਾਂ 'ਚ ਬਹੁਤ ਚੰਦ ਐਸੇ ਨੇ ਜਿਹੜੇ ਹਰਿੰਦਰਪਾਲ ਸਿੰਘ ਹੋਰਾਂ ਵਾਂਗ ਪੁਰਖਲੂਸ ਔਰ ਬੜੇ ਜਾਹੋ ਜਲਾਲ ਦੇ ਨਾਲ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਅਨਮੋਲਤਾ ਨੂੰ ਸਮਝਦਿਆਂ ਕਦਮ ਭਰ ਸਕੇ। ਬਹੁਤ ਸਾਡੇ ਸਾਹਮਣੇ ਖੁਸ਼ੀ ਦੀ ਗੱਲ ਇਹ ਹੈ ਕਿ WHO ਵੱਲੋਂ ਜਾਂ ਵਿਸ਼ਵ ਦੇ ਵਿੱਚ ਭਾਰਤ ਨੂੰ ਪੋਲੀਓ ਮੁਕਤ ਐਲਾਨਿਆ ਜਾ ਰਿਹਾ ਇਹਨਾਂ ਦਿਨਾਂ ਵਿੱਚ ਹੀ, ਔਰ ਇੱਕ ਬੜੀ ਵੱਡੀ ਜੰਗ ਸੀ ਜਿਹਦੇ ਵਿੱਚ ਭਾਰਤ ਸਰਕਾਰ ਨੇ, ਵਿਸ਼ਵ ਸਿਹਤ ਸੰਸਥਾ ਨੇ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ, ਵਿੱਦਿਅਕ ਸੰਸਥਾਵਾਂ, ਸਾਰਿਆਂ ਨੇ ਇਹਦੇ 'ਚ ਯੋਗਦਾਨ ਪਾਇਆ, ਔਰ ਅਸੀਂ ਅੱਜ ਇਸ ਕਾਬਲ ਹੋਏ ਹਾਂ ਕਿ ਜਿਹੜੇ ਲੱਛਣ ਸਾਡੇ ਲੋਕਾਂ ਨੂੰ ਚੁਣੌਤੀ 'ਚ ਸੁੱਟ ਦਿੰਦੇ ਸੀਗੇ, ਅਸੀਂ ਅੱਜ ਉਹਨਾਂ ਲੱਛਣਾਂ ਨੂੰ ਖਤਮ ਕਰ ਲਿਆ। ਬਿਲਕੁਲ, ਜਿਹੜੀ ਪੰਜਾਬੀ ਦੇ ਮਹਾਜ ਤੋਂ ਅਸੀਂ ਸਾਰਿਆਂ ਨੂੰ ਵਰਗਵਾਂ ਵੀ ਦਿੰਦੇ ਹਾਂ ਔਰ ਸ਼ੁਭਕਾਮਨਾ ਵੀ ਦਿੰਦੇ ਹਾਂ। ਔਰ ਇਸੇ ਤਰ੍ਹਾਂ ਜੇ ਅਸੀਂ ਭਰੂਣ ਹੱਤਿਆ ਵਰਗੀਆਂ ਜਾਂ ਹੋਰ ਕੋਈ ਐਸੀਆਂ ਲਾਪਤਾਂ ਨੇ, ਜੇ ਅਸੀਂ ਉਹਨਾਂ ਦੇ ਮਗਰ ਭੱਜ ਪੈਂਦੇ ਹਾਂ, ਦੌੜ ਪੈਂਦੇ ਹਾਂ, ਤੇ ਕੋਈ ਇਹੋ ਜਿਹੀ ਵਜ੍ਹਾ ਨਹੀਂ ਹੈ। ਮੈਂ ਉਹਨਾਂ ਦਾ ਕੁਝ ਜਵਾਬ ਦੇ ਸਕਦਾ ਜੀ? ਪਹਿਲੀ ਗੱਲ, ਤੁਸੀਂ ਭਰੂਣ ਹੱਤਿਆ ਦੀ ਕੀਤੀ ਹੈ, ਮੈਂ ਗਾ ਕੇ ਕੁਝ ਕਹਿਣਾ ਚਾਹੁੰਦਾ ਜੀ। ਸੂਹੇ ਵਿੱਚ ਹੀਰੇ ਵਾਲਿਆ ਦੋ ਲਲੜੀਆਂ, ਸੂਹੇ ਵਿੱਚ ਹੀਰੇ ਵਾਲਿਆ ਦੋ ਲਲੜੀਆਂ, ਕੁੜੀਆਂ ਨੂੰ ਨਾ ਧੀਆਂ ਨੂੰ ਨਾ ਭੈਣਾਂ ਨੂੰ ਨਾ ਮਾਰੋ ਵਿਕਰਮਾ ਵਾਲੜੀਆਂ, ਧੀਆਂ ਨੂੰ ਨਾ ਮਾਰੋ ਵਿਕਰਮਾ ਵਾਲੜੀਆਂ। ਦੂਸਰੀ ਗੱਲ ਤੁਸੀਂ ਕੀਤੀ ਜਿਹੜੀ ਕਿ ਡਿਸੇਬਲ ਲੋਕ ਜਿਹੜੇ ਤੁਸੀਂ ਕਹਿੰਦੇ ਕਿ ਆਰਥਿਕ ਪੱਖ ਤੋਂ ਪਿੰਡਾਂ ਦੇ ਵਿੱਚ ਰੋਲੇ ਨੇ, ਉਹਨਾਂ ਦਾ ਕਾਰਨ ਕੁਛ ਸਾਡਾ ਸਮਾਜ ਵੀ ਹੈ ਜੀ। ਗੱਲ ਇਹ, ਮੇਰੇ ਵਰਗੇ ਨੂੰ ਕਿਸੇ ਨੇ ਹਿੰਮਤ ਦਿੱਤੀ, ਮੈਂ ਕੁਛ ਦਾ ਕੁਛ ਬਣ ਗਿਆ ਜੀ। ਤੁਸੀਂ ਲੋਕ ਅਗਰ ਖੁਦ ਉਹਨਾਂ ਨੂੰ ਹਿੰਮਤ ਦਿਓ, ਉਹ ਜ਼ਰੂਰੀ ਨਹੀਂ ਕਿ ਮਜ਼ਦੂਰੀ ਕਰਨਗੇ ਜਾਂ ਕੁਛ ਕਰਨਗੇ, ਥੋੜ੍ਹਾ ਜਿਹਾ ਇਹਨਾਂ ਨੂੰ ਹਿੰਮਤ ਕਰਕੇ ਵੇਖੋ ਕਿਤੇ ਨਾ ਕਿਤੇ ਪਹੁੰਚ ਜਾਣਗੇ। ਇਹ ਵੀ DD ਪੰਜਾਬੀ ਵੱਲੋਂ ਵੀ ਇੱਕ ਉਪਰਾਲਾ ਕਿ ਅਸੀਂ ਇਸ ਮੰਚ ਤੇ ਬੈਠ ਕੇ ਇਹਨਾਂ ਦੀ ਸਕਾਰਾਤਮਕ ਸੋਚ ਨਾਲ ਆਪ ਵੀ ਬਹੁਤ ਕੁਛ ਸਿੱਖ ਰਹੇ ਹਾਂ, ਤੇ ਸਾਡੇ ਦਰਸ਼ਕ ਵੀ ਯਕੀਨਨ ਬਹੁਤ ਕੁਛ ਸਿੱਖ ਰਹੇ ਹੋਣੇ ਆ।
ਤੇ ਤੁਹਾਡੇ ਤੋਂ ਇੱਕ ਜਾਨਣਾ ਚਾਹੁੰਦੇ ਕਿ ਤੁਸੀਂ ਆਰਕੀਟੈਕਚਰ ਦੇ ਨਾਲ ਵੀ ਜੁੜੇ ਹੋ ਮਤਲਬ ਇਸ ਪਾਸੇ ਝੁਕਾਵ ਤੁਹਾਡਾ ਕਿਸ ਤਰ੍ਹਾਂ ਹੋਇਆ ਕਿਉਂਕਿ ਮੈਂ ਬੜਾ ਵੱਡਾ ਇੰਜੀਨੀਅਰ ਬਣਨਾ ਚਾਹੁੰਦਾ ਸੀ ਜੀ ਲੇਕਿਨ ਘਰ ਦੇ ਕੁਝ ਹਾਲਾਤ ਇਦਾਂ ਦੇ ਸੀ ਮੈਨੂੰ ਇਹੋ ਜੀ ਜਗ੍ਹਾ ਜਾ ਕੇ ਪੜ੍ਹਨਾ ਪਿਆ ਜਿੱਥੇ ਫ੍ਰੀ ਸਟੱਡੀ ਸੀ ਉਹ ਸੀ ਆਈ ਟੀ ਆਈ ਫਰੀਦਕੋਟ ਜਿੱਥੋਂ ਮੈਂ ਪੜ੍ਹਿਆ ਜੀ 30 ਰੁਪਏ ਦੇ ਵਿੱਚ ਮੈਂ ਆਈ ਟੀ ਆਈ ਕੀਤੀ ਮੈਨੂੰ ਅੱਜ ਵੀ ਯਾਦ ਹੈ ਜੀ ਸੋ ਪੈਕ ਦੇ ਵਿੱਚ ਮੈਂ ਗਿਆ ਉੱਥੇ ਉਸ ਤੋਂ ਬਾਅਦ ਮੇਰੀ ਐਡਮਿਸ਼ਨ ਹੋਈ ਮੇਰੇ ਕੋਲ ਪੈਸਾ ਨਹੀਂ ਸੀ ਅਤੇ ਆਈ ਟੀ ਆਈ ਕਰਨ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ ਉੱਥੇ ਸਾਲ ਕੁ ਮੈਂ ਪ੍ਰਾਈਵੇਟ ਨੌਕਰੀ ਕੀਤੀ ਲੇਕਿਨ ਉਸ ਤੋਂ ਬਾਅਦ ਪੰਜਾਬ ਗੌਰਮੈਂਟ ਨੇ ਮੈਨੂੰ ਮੇਰੀ ਕਾਬਲੀਅਤ ਨੂੰ ਸਮਝਦੇ ਹੋਏ ਕੁਛ ਮੇਰੀਆਂ ਅਚੀਵਮੈਂਟਾਂ ਦੇਖਦੇ ਹੋਏ ਮੈਨੂੰ ਬਤੌਰ ਡਰਾਫਟਮੈਨ ਆਰਕੀਟੈਕਚਰ ਵਿਭਾਗ ਪੰਜਾਬ ਦੇ ਵਿੱਚ ਮੈਨੂੰ ਘਰ ਲਾਇਆ ਜੀ ਉਹਨਾਂ ਨੇ ਵਿਭਾਗ ਦੇ ਵਿੱਚ ਵੀ ਰਹਿੰਦੇ ਆ ਮੇਰਾ ਇਹੀ ਹਾਲ ਹੈ ਜੀ ਉੱਥੇ ਵੀ ਹਸਮੁਖ ਹੈ ਜੀ ਉੱਥੇ ਵੀ ਸਭ ਨੂੰ ਚੱਲਾ ਹੈ ਦੇਖੀਏ ਦੇਖੀਏ ਤੁਸੀਂ ਆਰਕੀਟੈਕਚਰ ਨਾਲ ਜੁੜੇ ਹੋਏ ਹੋ ਭੰਗੜੇ ਦੇ ਨਾਲ ਤੁਸੀਂ ਜੁੜੇ ਹੋ ਸਮਾਜ ਸੇਵਾ ਦੇ ਨਾਲ ਤੁਸੀਂ ਜੁੜੇ ਹੋ ਇੱਕ ਚੁਣੌਤੀ ਵੀ ਹੈ ਤੁਹਾਡੇ ਸਾਹਮਣੇ ਇੰਨਾ ਕੁਝ ਤੁਸੀਂ ਕਿਵੇਂ ਮੈਨੇਜ ਕਰ ਲੈਂਦੇ ਹੋ ਦੇਖੋ ਜੀ ਲਾਈਫ ਬਹੁਤ ਛੋਟੀ ਦੀ ਹੈ ਜੀ ਬੜੇ ਜੇ ਮੈਕਸੀਮਮ ਲਾਈਫ ਹੈ 60 ਸਾਲ ਹੈ ਜੀ 40 ਚਲੀ ਗਈ ਹੈ 42 ਚਲੀ ਗਈ ਹੈ ਬਾਕੀ 18 ਸਾਲ ਰਹਿ ਗਏ ਜੀ 42 ਸਾਲ ਦੇ ਵਿੱਚ ਜੋ ਕੁਝ ਕੀਤਾ ਹੈ ਇਹ ਸੋਚ ਕੇ ਕੀਤਾ ਹੈ ਕਿ ਟਾਈਮ ਬਹੁਤ ਘੱਟ ਹੈ ਜਿੰਨਾ ਕੁਝ ਹੁੰਦਾ ਕਰੀ ਚੱਲੋ ਜੋ ਹੱਥਾਂ ਦਾ ਕਰੀ ਚੱਲੋ ਬਸ ਸਿਰਫ ਇੱਕ ਲਾਈਫ ਨੂੰ ਇਹ ਜ਼ਰੂਰ ਬੜਾ ਵਧੀਆ ਕੀਤਾ ਹੋਇਆ ਕਿ ਜਿੱਥੇ ਬੈਠੇ ਹੋ ਜਿਸ ਜਗ੍ਹਾ ਤੇ ਬੈਠੇ ਹੋ ਉਸ ਚੀਜ਼ ਬਾਰੇ ਸੋਚੋ ਜਦੋਂ ਉਹਨੂੰ ਛੱਡ ਕੇ ਜਾਓਗੇ ਅਗਲੀ ਚੀਜ਼ ਬਾਰੇ ਸੋਚੋ ਤਾਂ ਤੁਸੀਂ ਆਪਣੇ ਆਪ ਕਾਮਯਾਬ ਹੋ ਜਾਓਗੇ ਲਖਬੀਰ ਜੀ ਤੁਸੀਂ ਦੇਖਿਆ ਸੀ ਇਹਨਾਂ ਦੀ ਉਮਰ ਬਾਰੇ ਵੀ ਜਾਣ ਲਿਆ ਗੱਲਾਂ ਬਿਲਕੁਲ ਪਰ 18 ਨਹੀਂ ਬਾਕੀ ਕਾਫੀ ਹੈ ਥੈਂਕ ਯੂ ਜੀ ਤੁਹਾਡੀਆਂ ਦੁਆਵਾਂ ਨਹੀਂ ਹੈ ਤਾਂ ਜ਼ਰੂਰ ਜੀ ਇੱਕ ਦਰਸ਼ਕ ਹੋਰ ਇਸ ਬਾਰੇ ਗੱਲ ਕਰਨਾ ਚਾਹੁੰਦੇ ਨੇ ਹੈਲੋ ਹੈਲੋ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਹੈਲੋ ਜ਼ਿੰਦਗੀ ਅਨਮੋਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਲਖਵੀਰ ਸਿੰਘ ਜੀ ਤੁਸੀਂ ਤਾਂ ਵਿਦਵਾਨ ਹੋ ਸੰਸਾਰ ਦਾ ਬਹੁਤ ਵੱਡਾ ਵਿਦਵਾਨ ਅਸ਼ਟਾਵਕਰ ਹੋਇਆ ਜੀ ਉਹਦਾ ਨਾਂ ਅਸ਼ਟਾਵਕਰ ਇਸ ਕਰਕੇ ਪਿਆ ਸੀ ਕਿ ਉਹ ਤੁਰਨ ਲੱਗਿਆ ਉਹਦੇ ਸਰੀਰ ਦੇ ਵਿੱਚ 8 ਵਿੰਗ ਵਲ ਪੈਂਦੇ ਸੀ ਲੇਕਿਨ ਉਹ ਬੜੇ ਬੜੇ ਵਿਦਵਾਨਾਂ ਨੂੰ ਪਿੱਛੇ ਕਰ ਦਿੰਦਾ ਸੀ ਸ਼ਾਸਤਰਾਰਥ ਕਰਨ ਦੇ ਵਿੱਚ ਐਡਾ ਵੱਡਾ ਵਿਦਵਾਨ ਸੀ ਤਾਂ ਸਾਨੂੰ ਤਾਂ ਸਮਝਣਾ ਇਹ ਚਾਹੀਦਾ ਹੈ ਵੀ ਉਹਨਾਂ ਲੋਕਾਂ ਤੋਂ ਆਦਰਸ਼ ਹੈ ਸਾਡੇ ਲੋਕ ਲਖਵੀਰ ਸਿੰਘ ਸਾਡੇ ਆਦਰਸ਼ ਸਾਡੇ ਦੋਨ ਮੇਥੇ ਕਿੰਨਾ ਕੁਛ ਕਰ ਰਹੇ ਲੈਂਗੁਏਜ ਵੀ ਸਿਖਾਉਂਦੇ ਆ ਸਭ ਕੁਛ ਕਰਦੇ ਅੱਛਾ ਜ਼ਿੰਦਗੀ ਅਨਮੋਲ ਇਸੇ ਕਰਕੇ ਜੇ ਜ਼ਿੰਦਗੀ ਆ ਤਾਂ ਬਿਲਕੁਲ ਸਹੀ ਹੈ ਸੋਚ ਸੌੜੀ ਛੱਡ ਕੇ ਹੀ ਖੁੱਲ ਦਿਲੀ ਚੰਗੀ ਰਹੀ ਬਣ ਗਿਆ ਬੰਦਾ ਤਾਂ ਇਸ ਨੂੰ ਬੰਦਗੀ ਚੰਗੀ ਰਹੀ ਸੋਚ ਸੌੜੀ ਛੱਡ ਕੇ ਹੀ ਜ਼ਿੰਦਗੀ ਚੰਗੀ ਰਹੀ ਜ਼ਿੰਦਗੀ ਤਾਂ ਹੀ ਚੰਗੀ ਰਹੂਗੀ ਜੇ ਸੋਚ ਅਸੀਂ ਸੌੜੀ ਨਾ ਕਰੀਏ ਸੋਚ ਨੂੰ ਵਿਸ਼ਾਲ ਕਰੀਏ ਔਰ ਅੱਗੇ ਵਧੀਏ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਅੱਛਾ ਸੰਦੇਸ਼ ਦਿੱਤਾ ਇਹਨਾਂ ਨੇ ਸੋਚ ਦੀ ਇਹਨਾਂ ਨੇ ਗੱਲ ਕੀਤੀ ਜੇ ਸੋਚ ਨੂੰ ਵਿਸ਼ਾਲ ਰੱਖੀਏ ਜੀ ਕਿਉਂਕਿ ਸਕਾਰਾਤਮਕ ਸੋਚ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲੀ ਕਰ ਸਕਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਦੀ ਜ਼ਿੰਦਗੀ ਦੇ ਵਿੱਚ ਇਦਾਂ ਲੱਗਿਆ ਕਿ ਨਹੀਂ ਅੱਜ ਮੈਂ ਉਦਾਸ ਹਾਂ ਨਹੀਂ ਕਈ ਗੱਲਾਂ ਹੁੰਦੀਆਂ ਜੀ ਲੇਕਿਨ ਦੇਖੋ ਜੀ ਲਾਈਫ ਦਾ ਇੱਕ ਅਸੂਲ ਰੱਖੋ ਕਿ ਅਗਰ ਤੁਹਾਨੂੰ ਖੁਸ਼ੀ ਮਿਲੀ ਹੈ ਉਹਨੂੰ ਖੁਸ਼ੀ ਤੱਕ ਸੀਮਤ ਰੱਖੋ ਗਮੀ ਮਿਲੀ ਹੈ ਗਮੀ ਤੱਕ ਅਗਰ ਕਿਤੇ ਤੁਹਾਨੂੰ ਠੇਸ ਵੀ ਪਹੁੰਚੀ ਹੈ ਤੁਹਾਨੂੰ ਆਪਣੇ ਤੱਕ ਰੱਖੋ ਉਹਨੂੰ ਸੋਚੋ ਵੀ ਮੈਨੂੰ ਠੇਸ ਪਹੁੰਚਾਈ ਕਿਉਂ ਗਈ ਇਹ ਨਾ ਸੋਚੋ ਵੀ ਅਗਲੇ ਨੇ ਦਿੱਤੀ ਕਿਉਂ ਹੈ ਉਹਦਾ ਕਾਰਨ ਲੱਭੋ ਅਗਰ ਉਸ ਕਾਰਨ ਨੂੰ ਤੁਸੀਂ ਹੱਲ ਕਰ ਲਿਆ ਤੁਸੀਂ ਆਪਣੇ ਆਪ ਉਹ ਠੇਸ ਤੋਂ ਦੂਰ ਹੋ ਜਾਓਗੇ ਅਗਲੀ ਵਾਰ ਉਹੀ ਬੰਦਾ ਤੁਹਾਨੂੰ ਐਪਰੀਸ਼ੀਏਟ ਕਰੇਗਾ ਜੀ ਬਿਲਕੁਲ ਠੀਕ ਗੱਲ ਹੈ ਤੇ ਲਖਬੀਰ ਸਿੰਘ ਜੀ ਲਗਾਤਾਰ ਅਸੀਂ ਜ਼ਿੰਦਗੀ ਅਨਮੋਲ ਦੇ ਵਿੱਚ ਗੱਲਬਾਤ ਕਰਦੇ ਜਾ ਰਹੇ ਹਾਂ ਕਿਉਂ ਨਾ ਗੀਤ ਸੁਣ ਲਈਏ ਬਿਲਕੁਲ ਕਿਉਂ ਇਹ ਗੀਤ ਸਾਡਾ ਤਿਆਰ ਹੈ ਜੁੜਦੇ ਹਾਂ ਇਸ ਗੀਤ ਨਾਲ ਸੱਪ ਵਰਗੀ ਨੱਚਦੀ ਫਰਾਟੇ 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 ਮਾਰੇ ਮੇਲਣ ਸੱਪ ਵਰਗੀ ਨੱਚਦੀ ਫਰਾਟੇ ਮਾਰੇ ਮੇਲਣ ਸੱਪ ਵਰਗੀ ਬਿੱਲੀਆਂ ਅੱਖਾਂ ਦੇ ਨਾਲ ਲਾ ਕੇ ਵਿੱਚ
ਵਰਗੀ ਨੱਕ ਦੀ ਫਰਾਟੇ 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 ਮਾਰੇ ਹੋ ਮੇਲਣ ਸੱਪ ਵਰਗੀ ਨੱਕ ਦੀ ਫਰਾਟੇ ਮਾਰੇ ਮੇਲਣ ਸੱਪ ਵਰਗੀ ਨੱਕ ਦੀ ਫਰਾਟੇ ਮਾਰੇ ਜਿਹਦੇ ਚ ਉਹਨਾਂ ਨੇ ਜਿਹੜਾ ਮੈਨੂੰ 2013 ਗੁੱਡਵਿਲ ਅੰਬੈਸਡਰ ਜਿਹੜਾ ਸਨਮਾਨ ਦਿੱਤਾ ਹੈ, ਜਿਹੜੀਆਂ ਗਤੀਵਿਧੀਆਂ ਪਹਿਲ ਦੇ ਮਹਾਜ ਤੋਂ ਮੈਂ ਕਰਦਾ ਰਿਹਾ ਉਹਨਾਂ ਦੇ ਮੱਦੇਨਜ਼ਰ ਜੀ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਨੂੰ ਇਸ ਅਵਾਰਡ ਦੇ ਨਾਲ ਵੀ ਸਨਮਾਨਿਆ ਗਿਆ ਤੇ ਬਹੁਤ ਸਾਰੀਆਂ ਜਿਹੜੇ ਏਦਾਂ ਦੀ ਖੁਸ਼ੀਆਂ ਉਹ ਪਰਮਾਤਮਾ ਤੁਹਾਡੇ ਚਰਨਾਂ ਦੇ ਵਿੱਚ ਪਾਈ ਰੱਖੇ ਤੇ ਆਪਣੀ ਗੱਲਬਾਤ ਨੂੰ ਇਸ ਤਰ੍ਹਾਂ ਜਾਰੀ ਰੱਖਦੇ ਹਾਂ ਤੇ ਇਹਨਾਂ ਕੋਲੋਂ ਜਾਣਦੇ ਹਾਂ ਕਿ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਜਿਹੜਾ ਇਹ ਤੁਹਾਡੀ ਟੀਮ ਦਾ ਜਾਂ ਨਾਮ ਦਰਜ ਹੋਇਆ ਇਸ ਦਾ ਤਜੁਰਬਾ ਕਿਸ ਤਰ੍ਹਾਂ ਦਾ ਰਿਹਾ? ਅਸੀਂ ਭੰਗੜਾ ਟੀਮ ਜਦ ਤਿਆਰ ਕੀਤੀ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਏਦਾਂ ਵੀ ਹੁੰਦਾ ਅਤੇ ਅਸੀਂ ਦਿੱਲੀ ਇੱਕ ਪ੍ਰੋਗਰਾਮ ਕਰਨ ਗਏ ਉੱਥੇ ਲਿਮਕਾ ਬੁੱਕ ਵਾਲਿਆਂ ਨੇ ਸਾਡੇ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਇਹ ਟੀਮ ਤੁਸੀਂ ਬਣਾਈ ਹੈ ਇਹਦੇ ਲਈ ਸਾਨੂੰ ਪੂਰੀ ਡਿਟੇਲ ਭੇਜੋ। ਡਿਟੇਲ ਭੇਜਣ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਸਰਟੀਫਿਕੇਟ ਭੇਜਿਆ ਬੜਾ ਵਧੀਆ, ਉਹ 'ਚ ਲਿਖਿਆ ਸੀ ਫਸਟ ਡਿਸੇਬਲ ਫੋਕ ਡਾਂਸ ਗਰੁੱਪ ਇਨ ਇੰਡੀਆ। ਉਸ ਤੋਂ ਬਾਅਦ ਸਾਡਾ ਗਿਨੀਜ਼ ਲਈ ਵੀ ਗਿਆ ਲੇਕਿਨ ਕੁਛ ਕੰਟਰਾਵਰਸੀ ਸੀ ਉੱਥੇ ਉਹਦੇ ਕਰਕੇ ਸਾਡਾ ਆ ਨਹੀਂ ਸਕਿਆ, ਲੇਕਿਨ ਲਿਮਕਾ ਬੁੱਕ ਦੇ ਵਿੱਚ ਸਾਡਾ ਫਸਟ ਡਿਸੇਬਲ ਫੋਕ ਡਾਂਸ ਗਰੁੱਪ। ਬਹੁਤ ਗੱਲ ਹੈ ਕਿ ਪਰਮਾਤਮਾ ਕਰੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਲਗਾਤਾਰ ਅੱਗੇ ਵਧਦੇ ਰਹੋ ਤੇ ਤਰੱਕੀ ਕਰਦੇ ਰਹੋ ਔਰ ਜ਼ਿੰਦਗੀ ਅਨਮੋਲ ਨੂੰ ਸਾਰਥਕ ਕਰਦੇ ਰਹੋ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਕੁਝ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਫੈਸਰ ਲਖਬੀਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੱਲ੍ਹ ਦਾ ਵਿਸ਼ਾ ਵੀ ਦੱਸਦੀ, ਸਾਡੀ ਕੱਲ੍ਹ ਦੀ ਗੱਲਬਾਤ ਦਾ ਵਿਸ਼ਾ ਤੁਸੀਂ ਨੋਟ ਕਰ ਲਓ। ਵਿਸ਼ਾ ਰਹੇਗਾ ਜੀ ਵਿਸ਼ਵੀਕਰਨ ਤੇ ਪੰਜਾਬੀ ਸੱਭਿਆਚਾਰ। ਮਾਇਰ ਮਹਿਮਾਨ ਹੋਣਗੇ ਦਵਿੰਦਰ ਸੈਫੀ ਜੀ। ਫੋਨ ਨੰਬਰ ਹੋਏ ਨੇ 0118-281-4264 ਤੇ 0118-281-4264 ਤੇ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਮੇਘਾ ਨੂੰ ਦੇ ਦਿਓ ਇਜਾਜ਼ਤ। ਸ਼ੁਕਰੀਆ।